ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ। ਤੇ ਜਦੋਂ ਖਾਸ ਤੌਰ ਦੇ ਉੱਤੇ ਪੰਜਾਬ 'ਚ ਪਰਲ ਪੀੜਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਅਜਿਹੇ ਲੋਕ ਚੇਤੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਪਾਲਿਸੀ ਜਿਨ੍ਹਾਂ ਦੇ ਹੱਥਾਂ 'ਚ ਇਹ ਪਾਲਿਸੀਆਂ ਫੜੀਆਂ ਹੁੰਦੀਆਂ ਨੇ। ਤੇ ਖਾਸ ਤੌਰ ਦੇ ਉੱਤੇ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਖੜੇ ਹਾਂ ਤੇ ਪਿਛਲੇ 1.5 ਮਹੀਨੇ ਤੋਂ ਵੱਧ ਸਮੇਂ ਤੋਂ ਕਰੀਬ ਹਾਲਾਂਕਿ 2 ਮਹੀਨੇ ਹੋ ਚੁੱਕੇ ਨੇ ਅਜਿਹੇ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋਏ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਦੀ ਕਮਾਈ ਪਰਲ ਗਰੁੱਪ ਦੇ ਵਿੱਚ ਲਗਾਈ ਸੀ। ਉਮੀਦ ਸੀ ਕਿ ਇਹਨਾਂ ਲੋਕਾਂ ਦੇ ਦਿਨ ਬਦਲਣਗੇ, ਭਵਿੱਖ ਸੁਧਰੇਗਾ, ਪਰ ਅਜਿਹਾ ਨਹੀਂ ਹੋਇਆ। ਪਰ ਅੱਜ ਤੱਕ ਇਹ ਲੋਕ ਜਿਹੜੇ ਨੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣ ਨੂੰ ਮਜਬੂਰ ਨੇ, ਹੱਥਾਂ ਦੇ ਵਿੱਚ ਪਾਲਿਸੀਆਂ ਚੁੱਕੀਆਂ ਹੁੰਦੀਆਂ ਨੇ ਤੇ ਜਿੱਥੇ ਕੇਂਦਰ ਸਰਕਾਰ ਨੂੰ ਗੁਹਾਰ ਲਾਉਂਦੇ ਨੇ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਹੁੰਦੀ ਹੈ ਕਿ ਇਹਨਾਂ ਲੋਕਾਂ ਦੀ ਗੱਲ ਸੁਣੀ ਜਾਵੇ। ਤੇ ਖਾਸ ਤੌਰ ਦੇ ਉੱਤੇ ਜਦੋਂ ਲੋਕ ਸਭਾ ਜ਼ਿਮਨੀ ਚੋਣ ਦਾ ਜ਼ਿਕਰ ਕਰਦੇ ਹਾਂ, ਇਸ ਕਰਕੇ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਮਲੇਰਕੋਟਲਾ ਵਿਧਾਨ ਸਭਾ ਹਲਕਾ ਵੀ ਉਸ ਦਾ ਵੀ ਪਾਰਟ ਸੀ ਤੇ ਉਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 17 ਜੂਨ ਨੂੰ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਦਾ ਉਹ ਪਿੰਡ ਸੀ ਜਦੋਂ ਇਹਨਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ 20-25 ਦਿਨਾਂ ਦੇ ਅੰਦਰ ਜਿਹੜਾ ਵਿਆਜ ਸਮੇਤ ਇਹਨਾਂ ਲੋਕਾਂ ਦਾ ਪੈਸਾ ਹੈ ਉਹ ਵਾਪਸ ਇਹਨਾਂ ਦੇ ਖਾਤਿਆਂ 'ਚ ਆਏਗਾ। ਹਾਲਾਂਕਿ 1.5 ਮਹੀਨਾ ਹੋਣ ਨੂੰ ਹੈ ਪਰ ਅਜੇ ਤੱਕ ਕੋਈ ਵੀ ਜਿਹੜੀ ਇੱਕ ਵੀ ਪੈਸਾ ਇਹਨਾਂ ਲੋਕਾਂ ਦੇ ਖਾਤਿਆਂ 'ਚ ਨਹੀਂ ਆਇਆ। ਹਾਲਾਂਕਿ ਪਿਛਲੇ 10 ਤੋਂ 15 ਸਾਲ ਤੋਂ ਸੰਘਰਸ਼ ਜਿਹੜੇ ਇਹ ਲੋਕ ਕਰ ਰਹੇ ਨੇ, ਇਹ ਮਾਤਾਵਾਂ ਨੇ ਇਸੇ ਪਿੰਡ ਦੀਆਂ ਤੇ ਖਾਸ ਤੌਰ ਦੇ ਉੱਤੇ ਇਹਨਾਂ ਦੇ ਹੱਥਾਂ 'ਚ ਇਹ ਪਾਲਿਸੀਆਂ ਚੁੱਕੀਆਂ ਹੋਈਆਂ ਨੇ, ਕਈਆਂ ਦੇ ਕਾਗਜ਼ ਤੱਕ ਫਟਣ ਦੀ ਕਗਾਰ 'ਤੇ ਨੇ ਕਿਉਂਕਿ ਬਹੁਤ ਸਮਾਂ ਬੀਤ ਚੁੱਕਿਆ, ਇਹਨਾਂ ਦੀ ਗੱਲ ਕਿਤੇ ਨਹੀਂ ਹੋਈ। ਅੱਜ ਸ਼ਾਇਦ ਕਈਆਂ ਨੇ ਕਈ ਸਾਲ ਬਾਅਦ ਆਪਣੀਆਂ ਪਾਲਿਸੀਆਂ ਲੱਭੀਆਂ ਹੋਣਗੀਆਂ, ਪਰ ਜ਼ਿਕਰ ਜਦੋਂ ਸਰਕਾਰ ਦਾ ਕਰਦੇ ਹਾਂ ਜਦੋਂ ਵਾਅਦਾ ਕੀਤਾ ਤਾਂ ਪੂਰਾ ਕਿਉਂ ਨਹੀਂ ਕੀਤਾ। ਅੱਛਾ, ਕੀ ਨਾਮ ਹੈ ਤੁਹਾਡਾ? ਮੈਂ ਸੂਬੇਦਾਰ ਕੁਲਵਿੰਦਰ ਸਿੰਘ ਜੀ। ਸੂਬੇਦਾਰ ਸਾਹਿਬ, ਜਿਵੇਂ ਜ਼ਿਕਰ ਹੋਇਆ ਵੀ ਇਹ ਪਰਲ ਪੀੜਤ ਨੇ, ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹਨਾਂ ਦਾ ਮੁੱਦਾ ਪਹੁੰਚਿਆ ਹੋਇਆ, ਅਸੀਂ ਹਰ ਰੋਜ਼ ਇਹਨਾਂ ਲੋਕਾਂ ਦਾ ਜ਼ਿਕਰ ਕਰਦੇ ਹਾਂ, ਇਹਨਾਂ ਦੇ ਪੈਸੇ ਦਾ ਜ਼ਿਕਰ ਕਰਦੇ ਹਾਂ, ਕੀ ਕਾਰਨ ਲੱਗਦਾ ਵੀ ਅਜੇ ਤੱਕ ਇਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਇਹਨਾਂ ਦੇ ਖਾਤਿਆਂ 'ਚ ਨਹੀਂ ਆਈ? ਹਰ ਸਾਲ ਇਲੈਕਸ਼ਨ ਆਉਂਦੇ ਨੇ, ਇਹ ਲੋਕ ਚੇਤੇ ਆਉਂਦੇ ਨੇ, ਇਲੈਕਸ਼ਨ ਦੀਆਂ ਰੈਲੀਆਂ ਹੋਣ ਜਾਂ ਪਿੰਡਾਂ ਦੀਆਂ ਫੇਰੀਆਂ, ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਭਰੋਸੇ ਮਿਲਦੇ ਨੇ, ਪੈਸਾ ਕਦੀ ਨਹੀਂ ਮਿਲਿਆ। ਪਹਿਲਾਂ ਮੈਂ ABP ਨਿਊਜ਼ ਦਾ ਮੈਂ ਧੰਨਵਾਦ ਕਰਦਾ ਜਿਹੜੇ ਕਿ ਪਿੰਡ ਬਨਮੌਰਾ ਦੇ ਵਿੱਚ ਪਹੁੰਚ ਕੇ ਇਹ ਪੀੜਤ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ। ਇਸ ਤੋਂ ਬਾਅਦ 1983 ਤੋਂ ਇਹ ਪਰਲ ਕੰਪਨੀ ਚੱਲ ਰਹੀ ਹੈ। ਉਸ ਤੋਂ ਬਾਅਦ 'ਚ ਇਹ ਆਈ ਹੈਗੀ ਅਕਾਲੀ ਦਲ ਪਾਰਟੀ ਆਈ ਹੈ, ਉਹਨਾਂ ਨੇ ਕੀ ਹੈ ਪਰਲ ਕਬੱਡੀ ਕੱਪ ਚਲਾਇਆ। ਉਦੋਂ ਬਾਅਦ 'ਚ ਇਹ ਆਈ ਅਕਾਲੀ ਕਾਂਗਰਸ ਦੀ ਸਰਕਾਰ ਆਈ, ਉਹਨਾਂ ਨੇ ਮੈਗਾ ਪ੍ਰੋਜੈਕਟ ਚਲਾਇਆ ਜਿਹ ਤੋਂ ਲੋਕਾਂ ਨੇ ਪ੍ਰਭਾਵਿਤ ਹੋ ਕੇ ਲੋਕਾਂ ਨੇ ਬਹੁਤ ਪੈਸੇ ਲਵਾਏ। ਉਦੋਂ ਬਾਅਦ 'ਚ ਇਹ ਪਰਲ ਕੰਪਨੀ ਭੱਜ ਗਈ, ਭੱਜੀ ਹੋਈ ਤਾਂ ਉਦੋਂ ਬਾਅਦ 'ਚ 2 ਅਪ੍ਰੈਲ 2016 ਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਵੀ ਇਹਨਾਂ ਦੇ ਪੈਸੇ ਵਾਪਸ ਕਰੋ, ਸਣੇ ਵਿਆਜ ਪੈਸੇ ਵਾਪਸ ਕਰੋ। ਉਸ ਤੋਂ ਬਾਅਦ ਲੋਢਾ ਕੰਪਨੀ ਬਣਾਈ ਗਈ, ਲੋਢਾ ਕਮੇਟੀ ਬਣਾਈ ਗਈ। ਲੋਢਾ ਕਮੇਟੀ ਨੇ ਕੀ ਹੈ ਹਾਲੇ ਤੱਕ ਕਿਸੇ ਦੇ ਕੋਈ ਪੈਸਾ ਨਹੀਂ ਦਵਾਇਆ ਤੇ ਲੋਕ ਕੀ ਹੈ ਬਹੁਤ ਪਰੇਸ਼ਾਨ ਨੇ। ਇਸ ਕਰਕੇ ਇਹ ਭਗਵੰਤ ਮਾਨ ਨੇ ਕਿਹਾ ਸੀ ਮੈਂ ਸਭ ਦੇ ਪੈਸੇ ਵਾਪਸ ਕਰਵਾਊਂਗਾ, ਲੇਕਿਨ ਹਾਲੇ ਤੱਕ ਕਿਸੇ ਦਾ ਪੈਸਾ ਵਾਪਸ ਨਹੀਂ ਹੋਇਆ। ਭਗਵੰਤ ਮਾਨ ਨੇ ਕਿਹਾ ਸੀ ਮੈਂ 20 ਦਿਨਾਂ ਦੇ ਵਿੱਚ ਪੈਸੇ ਵਾਪਸ ਕਰੂੰ, ਹਾਲੇ ਕੋਈ ਗੱਲਬਾਤ ਨਹੀਂ ਚੱਲੀ ਹੈ। ਤੇ ਭਗਵੰਤ ਮਾਨ ਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਲੋਕ ਇਸ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਹੈਗਾ, ਪੰਜਾਬ ਦੇ ਵਿੱਚੋਂ ਤੁਸੀਂ ਲੋਢਾ ਕਮੇਟੀ ਨੂੰ ਭੰਗ ਕਰਕੇ 145 ਧਾਰਾ ਲਾ ਕੇ ਜ਼ਮੀਨ ਨੂੰ ਜ਼ਬਤ ਕਰੋ ਅਤੇ ਲੋਕਾਂ ਦੇ ਪੈਸੇ ਵਾਪਸ ਕਰਵਾਓ। ਵੈਸੇ ਮਾਨ ਸਾਹਿਬ, ਇਹ ਲੋਢਾ ਕਮੇਟੀ ਭੰਗ ਨਹੀਂ ਕਰ ਸਕਦੇ, ਪਰ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਸਟੇਜ ਤੋਂ ਖੜ ਕੇ ਸੈਂਕੜੇ ਲੋਕ ਸੀਗੇ ਮੌਜੂਦ, ਅਸੀਂ ਵੀ ਉੱਥੇ ਹੀ ਸੀਗੇ, ਤੁਹਾਡੇ ਬਹੁਤ ਸਾਰੇ ਪਰਲ ਪੀੜਤ ਵੀ ਮੌਜੂਦ ਸੀਗੇ ਵੀ 20-25 ਦਿਨਾਂ ਦੇ ਅੰਦਰ ਪੈਸਾ ਤੁਹਾਡਾ ਦਵਾ ਦਾਂਗੇ। ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਵੀ ਤੁਹਾਡਾ ਮੁੱਦਾ ਚੁੱਕਿਆ, ਵਿਧਾਨ ਸਭਾ ਦੀ ਇਲੈਕਸ਼ਨ ਜਦੋਂ ਪੰਜਾਬ 'ਚ ਹੋਣੀ ਸੀ 2022 ਦੀ, ਉਦੋਂ ਵੀ ਤੁਹਾਡਾ ਮੁੱਦਾ ਚੁੱਕਿਆ ਵੀ ਸਰਕਾਰ ਬਣ ਲੈਣ ਦਿਓ, ਤੇ ਹੁਣ ਵੀ ਕਿਹਾ ਵੀ ਹਿੱਟ ਲਿਸਟ ਦੇ ਉੱਤੇ ਮੁੱਦਾ ਹੈ। ਕਾਰਨ ਕੀ ਲੱਗਦਾ ਕਿ ਡਿਲੇ ਕਿਉਂ ਹੋ ਰਿਹਾ ਵੀ ਕਿਉਂ ਅੱਜ ਤੱਕ ਤੁਹਾਡੀ ਗੱਲ ਨਹੀਂ ਹੋਈ, ਇਸ ਪਾਸੇ ਐਕਸ਼ਨ ਕਿਉਂ ਨਹੀਂ ਹੋਇਆ ਹੈਗਾ? ਇਹ ਲੋਕ ਗਰੀਬ ਨੇ ਇਸ ਕਰਕੇ ਨਹੀਂ ਸੁਣੀ ਜਾ ਰਹੀ ਇਹਨਾਂ ਦੀ, ਕਿਉਂਕਿ ਵੱਡੇ ਵੱਡੇ ਧਨਾੜ ਹੁੰਦੇ ਨੇ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਪੈਸਾ ਵਾਪਸ ਵੀ ਲੈ ਲੈਂਦੇ ਨੇ, ਤੇ ਕਈ ਲੋਕ ਸਰਕਾਰੀ ਬੈਂਕਾਂ ਦਾ ਪੈਸਾ ਲੈ ਕੇ ਉਹ ਵਿਦੇਸ਼ਾਂ ਨੂੰ ਵੀ ਵਿਦੇਸ਼ਾਂ ਦੀ ਸੈਰ ਵੀ ਕਰਦੇ ਰਹਿੰਦੇ ਨੇ। ਇਹ ਗਰੀਬ ਲੋਕਾਂ ਦੇ ਲਈ ਆਵਾਜ਼ ਕਿਉਂ ਨਹੀਂ ਬੁਲੰਦ ਕਰ ਰਿਹਾ ਕੋਈ? ਇਹ ਸਾਰੇ ਜਿਹੜੇ ਗਰੀਬ ਲੋਕ ਨੇ ਨਾ, ਗਰੀਬ ਲੋਕ ਨਾ ਤਾਂ ਇਹ ਆਵਾਜ਼ ਉਠਾ ਸਕਦੇ ਆ, ਨਾ ਆਪਣਾ ਕੰਮ ਛੱਡ ਕੇ ਜਾ ਸਕਦੇ। ਗਰੀਬ ਪਰਿਵਾਰ ਨੇ, ਸਾਰੇ ਮਜ਼ਦੂਰੀ ਕਰਨਗੇ ਤਾਂ ਪੈਸੇ ਸ਼ਾਮ ਨੂੰ ਘਰੇ ਆਉਣਗੇ ਤੇ ਆਪਣੇ ਬੱਚਿਆਂ ਨੂੰ ਪਾਲਣਗੇ, ਤੇ ਬੜੇ ਲੋਕ ਹੈਗੇ ਉਹ ਆਪਣੇ ਪੈਸੇ ਲੈ ਸਕਦੇ ਹੈਗੇ। ਸਾਡੇ ਪੈਸੇ ਕੀ ਹੈ, ਜਿਹੜੀ ਜ਼ਮੀਨ ਹੈਗੀ ਪੰਜਾਬ ਦੇ ਵਿੱਚ ਇੰਨੀ ਜ਼ਮੀਨ ਹੈਗੀ, ਜੇ ਲੋਕਾਂ ਦੇ ਪੈਸੇ ਵੀ ਵਾਪਸ ਕਰਕੇ
ਤਾਂ ਫਿਰ ਵੀ ਇਹਦੇ ਚਾਰ ਗੁਣਾ ਪੈਸੇ ਕੋ ਬਚਦੇ ਆ। ਅੱਛਾ, ਖਾਸ ਤੌਰ ਦੇ ਉੱਤੇ ਪੰਜਾਬ ਦਾ ਹਰ ਵਰਗ ਇਸ ਦੇ ਵਿੱਚ ਸ਼ਾਮਿਲ ਹੈ, ਤੁਹਾਡਾ ਕੀ ਨਾਮ ਹੈ? ਮਨਜੀਤ ਸਿੰਘ ਜੀ। ਅੱਛਾ ਮਨਜੀਤ ਜੀ, ਜਿਵੇਂ ਜ਼ਿਕਰ ਹੁੰਦਾ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਉੱਠਦੇ ਨੇ, ਉਹਨਾਂ ਦੇ ਵਿੱਚ ਪਰਲ ਵੀ ਇੱਕ ਵੱਡਾ ਮੁੱਦਾ ਹੈ, ਹਾਲਾਂਕਿ ਕੋਈ ਸਰਕਾਰ ਇਸ ਨੂੰ ਮੰਨੇ, ਕੋਈ ਪਾਰਟੀ ਇਸ ਨੂੰ ਮੁੱਦਾ ਮੰਨੇ ਜਾਂ ਨਾ ਮੰਨੇ, ਪੰਜਾਬ 'ਚ 30 ਲੱਖ ਦੇ ਕਰੀਬ ਪਰਿਵਾਰ, ਦੇਸ਼ 'ਚ 6.25 ਕਰੋੜ ਪਰਿਵਾਰ, ਸਿਰਫ ਇੱਕ ਪਰਲ ਗਰੁੱਪ ਦੇ ਮੈਂ ਜ਼ਿਕਰ ਕਰ ਰਿਹਾ, ਚਿੱਟ ਫੰਡ ਕੰਪਨੀਆਂ ਦੇ ਹਜ਼ਾਰਾਂ ਜਿਹੜੇ ਜਾਂ ਕਰੋੜਾਂ ਹੀ ਪਰਿਵਾਰ ਨੇ ਜਿਹੜੇ ਠੱਗੇ ਗਏ ਨੇ। ਤੁਹਾਨੂੰ ਕੀ ਲੱਗਦਾ ਵੀ ਹੁਣ ਤੱਕ ਦੀਆਂ ਕਿੰਨੀਆਂ ਸਰਕਾਰਾਂ ਰਹੀਆਂ, 10-15 ਸਾਲ ਹੋ ਗਏ ਇਹਨਾਂ ਲੋਕਾਂ ਨੂੰ ਭਟਕਦੇ ਹੋਏ, ਸਰਕਾਰਾਂ ਕਈ ਬਦਲੀਆਂ, ਅਜੇ ਤੱਕ ਕਿਸੇ ਨੇ ਸੰਜੀਦਗੀ ਦੇ ਨਾਲ ਮੁੱਦਾ ਚੁੱਕਿਆ ਕੋਈ ਨਹੀਂ, ਇਲੈਕਸ਼ਨ ਦੇ ਦੌਰਾਨ ਗੱਲ ਹੁੰਦੀ ਹੈ, ਉਸ ਤੋਂ ਬਾਅਦ ਸਾਰੇ ਭੁੱਲ ਜਾਂਦੇ ਨੇ। ਇਸ ਤੋਂ ਤਾਂ ਜੀ ਇਹੀ ਸਿੱਧ ਹੁੰਦਾ ਵੀ ਇਹ ਤਾਂ ਸਰਕਾਰਾਂ ਦੀਆਂ ਮਿਲੀਆਂ ਭੁਗਤਾਂ ਹੀ ਨੇਗੀਆਂ। ਜਦੋਂ ਮਤਲਬ ਪਰਲ ਵਾਲਿਆਂ ਨੇ ਆਪਣੀਆਂ ਪਾਲਿਸੀਆਂ ਵੇਚਣੀਆਂ ਸ਼ੁਰੂ ਕਰੀਆਂ, ਉਹਨਾਂ ਨੇ ਇਹ ਕਲੀਅਰ ਕਰਿਆ ਵੀ ਅਸੀਂ ਮਤਲਬ ਤੁਹਾਡੇ ਨਾਮ ਦੇ ਉੱਤੇ ਪਲਾਟ ਖਰੀਦਾਂਗੇ ਜਾਂ ਜ਼ਮੀਨ ਖਰੀਦ ਕੇ ਰੱਖਾਂਗੇ। ਅਤੇ ਬੇਸ਼ੱਕ ਪਰਲ ਅੱਜ ਮਤਲਬ ਪਿੱਛੇ ਹਟ ਚੁੱਕੀ ਹੈ, ਪਰ ਉਹਨਾਂ ਦੀਆਂ ਜ਼ਮੀਨਾਂ ਤਾਂ ਇੱਥੇ ਹੀ ਨੇ, ਪੰਜਾਬ ਦੇ ਵਿੱਚ ਨੇਗੀਆਂ। ਸਰਕਾਰ ਉਹਨਾਂ ਨੂੰ ਵੇਚ ਕੇ ਇਹਨਾਂ ਲੋਕਾਂ ਦੇ ਪੈਸੇ ਵਾਪਸ ਕਰ ਸਕਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਸਾਡੇ ਉਰੇ ਬੰਦੇ ਖੜੇ ਨੇਗੇ, ਇਹ ਤਕਰੀਬਨ ਸਾਰੇ ਲੇਬਰ ਕਲਾਸ ਵਾਲੇ ਬੰਦੇ ਵੱਧ ਤੋਂ ਵੱਧ ਨੇਗੇ। ਹਰ ਬੰਦੇ ਨੂੰ ਇਹ ਹੁੰਦਾ ਸੀ ਵੀ ਚੱਲ ਸਾਡੇ ਥੋੜ੍ਹੇ ਬਹੁਤ ਪੈਸੇ ਜਮ੍ਹਾਂ ਹੋ ਜਾਣਗੇ, ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਦਾ ਵਿਆਹ ਜਾਂ ਮਤਲਬ ਕੋਈ ਪੜ੍ਹਾਈ ਲਿਖਾਈ ਦਾ ਕੁਛ ਸਿਸਟਮ ਵਧੀਆ ਕਰ ਸਕਦੇ ਹਾਂਗੇ। ਪਰ ਇਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਠੱਗੇ ਗਏ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਸਾਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਹੈਗੀ ਕਿ ਪਰਲ ਦੀਆਂ ਜ਼ਮੀਨਾਂ ਵੇਚ ਕੇ ਇਹਨਾਂ ਗਰੀਬ ਲੋਕਾਂ ਦੇ ਪੈਸੇ ਨੇ ਜਿਹੜੇ ਵਾਪਸ ਕਰਾਏ ਜਾਣ, ਤਾਂ ਕਿ ਇਹਨਾਂ ਦੀ ਜੂਨ ਸੁਧਰ ਸਕੇ। ਇਹਨਾਂ ਲੋਕਾਂ ਦਾ ਪੈਸਾ ਬਹੁਤ ਜ਼ਿਆਦਾ ਫਸਿਆ ਹੋਇਆ ਜੀ ਇਸ ਚੀਜ਼ ਦੇ ਵਿੱਚ। ਪਰ ਜਿਵੇਂ ਜ਼ਿਕਰ ਕੀਤਾ ਤੁਸੀਂ ਅਪੀਲ ਵੀ ਕੀਤੀ ਹੈ, ਇਹ ਤੁਸੀਂ ਅੱਜ ਅਪੀਲ ਕੀਤੀ, ਅਸੀਂ ਪਿਛਲੇ 2-2.5 ਮਹੀਨੇ ਤੋਂ ਲਗਾਤਾਰ ਕਰ ਰਹੇ ਹਾਂ, ਹਰ ਰੋਜ਼ ਅਜਿਹੇ ਲੋਕ ਆਉਂਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਕੀ ਲੱਗਦਾ ਵੀ ਸੰਜੀਦਗੀ ਕਿਉਂ ਨਹੀਂ ਦਿਖਾਈ ਜਾਂਦੀ, ਕਿਉਂ ਇਹਨਾਂ ਲੋਕਾਂ ਨੂੰ ਕਿਨਾਰੇ ਕੀਤਾ ਜਾਂਦਾ ਹੈ, ਜਾਂ ਜੇ ਕੋਈ ਕਾਰਵਾਈ ਸਰਕਾਰ ਕਰਦੀ ਹੈ ਤਾਂ ਉਸ ਨੂੰ ਗਰਾਊਂਡ ਲੈਵਲ ਦੇ ਉੱਤੇ ਦਿਖਾਉਂਦੀ ਕਿਉਂ ਨਹੀਂ ਹੈਗੀ? ਹਾਲਾਂਕਿ ਵਾਅਦੇ ਤਾਂ ਜਨਤਕ ਤੌਰ ਦੇ ਉੱਤੇ ਕਰ ਦਿੱਤੇ ਜਾਂਦੇ ਨੇ, ਪਰ ਹਕੀਕਤ ਦੇ ਵਿੱਚ ਗਰਾਊਂਡ ਲੈਵਲ ਤੇ ਕਾਰਵਾਈ ਕੀ ਹੋਈ ਹੈ? ਤਾਂ ਲੱਗਦਾ ਵੀ ਇੰਨਾ ਸਮਾਂ ਲੱਗ ਸਕਦਾ ਹੈ, ਅਸਲ ਮਾਇਨੇ ਦੇ ਵਿੱਚ ਇਹਨਾਂ ਦੀ ਉਹ ਕਮਾਈ ਹੈ, ਇਹਨਾਂ ਨੇ ਮਿਹਨਤ ਕੀਤੀ, ਆਪਣੇ ਭਵਿੱਖ ਦੇ ਲਈ ਲਗਾਈ, ਤੇ ਅੱਜ ਆਪਣੇ ਪੈਸਾ ਲੈਣ ਦੇ ਲਈ ਇਹ ਦਰ ਦਰ ਭਟਕ ਰਹੇ ਨੇ। ਸਮਾਂ ਤਾਂ ਜੀ ਇਹਨਾਂ ਲੱਗਣਾ ਨਹੀਂ ਚਾਹੀਦਾ, ਜਿੰਨਾ ਸਮਾਂ ਲੱਗਿਆ ਨਾ ਇੰਨਾ ਲੱਗਣਾ ਨਹੀਂ ਚਾਹੀਦਾ। ਸਰਕਾਰ ਕੁਛ ਵੀ ਕਰ ਸਕਦੀ ਹੈਗੀ, ਹੱਥ ਸਾਰਾ ਕੁਛ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ। ਇਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇੱਥੋਂ ਤਾਂ ਇਹੀ ਲੱਗ ਰਿਹਾ ਵੀ ਇਹ ਡਿਲੇ ਜਾਣ ਕੇ ਹੀ ਕਰਿਆ ਜਾ ਰਿਹਾ ਹੈਗਾ। ਇਹਨੂੰ ਕੰਮ ਇੰਨਾ ਲੰਮਾ ਨਹੀਂ ਹੋਣਾ ਚਾਹੀਦਾ ਸੀ ਜਿੰਨਾ ਲੰਮਾ ਇਹ ਹੋ ਗਿਆ ਜੀ। ਕੀ ਨਾਮ ਹੈ ਤੁਹਾਡਾ? ਗੁਰਦੇਵ ਸਿੰਘ। ਅੱਛਾ ਗੁਰਦੇਵ ਜੀ, ਤੁਹਾਡੇ ਪੈਸੇ ਕਿੰਨੇ ਲੱਗੇ ਸੀ ਪਰਲ ਗਰੁੱਪ ਦੇ ਵਿੱਚ ਕੋਲ? ਪੈਸੇ ਜੀ ਸਾਡੇ 2.5 ਲੱਖ ਦੇ ਲਗਭਗ ਲੱਗਾ ਸੀਗਾ ਜੀ। 2.5 ਲੱਖ ਰੁਪਇਆ, ਇਹ ਕਿਉਂ ਲਗਾਇਆ 2.5 ਲੱਖ? 2.5 ਲੱਖ ਇਸ ਕਰਕੇ ਲਗਾਇਆ ਸੀ ਕਿਉਂਕਿ ਪਰਲ ਕੰਪਨੀ ਇੱਕ ਬਹੁਤ ਵਧੀਆ ਕੰਪਨੀ ਚੱਲਦੀ ਸੀਗੀ, ਜਿਹਦੇ ਭਰੋਸੇ ਦੇ ਉੱਤੇ ਸਾਡੇ ਸਾਰੇ ਵੀਰਾਂ ਨੇ, ਭੈਣਾਂ ਨੇ, ਮਾਈਆਂ ਨੇ ਇਹ ਕਿਸ਼ਤਾਂ ਭਰਨੀਆਂ ਸ਼ੁਰੂ ਕੀਤੀਆਂ। ਵੀ ਜਿਸ ਤਰ੍ਹਾਂ ਮਨਜੀਤ ਸਿੰਘ ਨੇ ਵੀ ਦੱਸਿਆ ਵੀ ਅਸੀਂ ਜੋ ਇਹ ਪੈਸਾ ਕਰਿਆ ਸੀ ਸਭ ਨੇ ਆਪਦੇ ਫਾਇਦੇ ਲਈ ਇਹ ਕਰਿਆ ਸੀ ਵੀ ਅਸੀਂ ਆਪਦੇ ਬੱਚਿਆਂ ਨੂੰ ਪੜ੍ਹਾ ਸਕੀਏ, ਲਿਖਿਆ ਸਕੀਏ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੁਝ ਪੈਸਾ ਇਕੱਠਾ ਹੋਜੂ, ਅਸੀਂ ਵਿਆਹ ਸ਼ਾਦੀ ਵੀ ਕਰ ਸਕਦੇ ਹਾਂ। ਪਰ ਅੱਜ ਹਕੀਕਤ ਇਹ ਆ ਗਈ ਵੀ ਸਾਡਾ ਇਹ ਜਿਹੜਾ ਪੈਸਾ ਇਹ ਮਨ ਦੇ ਵਿੱਚ ਮਨ ਤੱਕ ਪਹੁੰਚ ਚੁੱਕਿਆ। ਭਗਵੰਤ ਮਾਨ ਜੀ ਚੋਣਾਂ ਤੋਂ ਪਹਿਲਾਂ ਸਾਨੂੰ ਇਹ ਕਹਿ ਰਹੇ ਸੀਗੇ ਵੀ ਮੈਂ 20 ਦਿਨ ਦੇ ਵਿੱਚ ਇਹ ਪੈਸਾ ਸਾਰੇ ਭਾਈਆਂ ਦਾ ਉਹਨਾਂ ਦੇ ਅਕਾਊਂਟ ਦੇ ਵਿੱਚ ਕਰਵਾ ਦੂੰਗਾ, ਲੇਕਿਨ ਅੱਜ ਤੱਕ ਅਸੀਂ ਬਹੁਤ ਉਡੀਕ ਕੀਤੀ, ਨਹੀਂ ਆਇਆ। ਅਸੀਂ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜੋ ਵੀ ਸਾਡਾ ਸਾਰੇ ਭੈਣ ਭਾਈਆਂ ਦਾ ਗਰੀਬਾਂ ਦਾ ਇਹ ਪੈਸਾ, ਇਹ ਬਹੁਤ ਖੂਨ ਪਸੀਨੇ ਦੀ ਕਮਾਈ ਦੇ ਨਾਲ ਇਹਨਾਂ ਨੇ ਇੱਕ ਇੱਕ ਪੈਸਾ ਕਰਕੇ ਜਮ੍ਹਾਂ ਕਰਵਾਇਆ, ਇਹਨਾਂ ਨੂੰ ਇਹ ਪੈਸਾ ਇਹਨਾਂ ਦਾ ਵਾਪਸ ਕੀਤਾ ਜਾਵੇ। ਅਸੀਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ। ਲੱਗਦਾ ਵੀ ਤੁਹਾਡੀ ਅਪੀਲ ਸੁਣ ਕੇ ਉਹ ਕਾਰਵਾਈ ਕਰ ਦੇਣਗੇ? ਅਸੀਂ ਤਾਂ ਰੋਜ਼ ਕਰਦੇ ਹਾਂ, ਸਾਨੂੰ ਬਹੁਤ ਜ਼ਿਆਦਾ ਉਮੀਦ ਆ ਜੀ ਵੀ ਉਹ ਕਰਨਗੇ ਸਾਡਾ ਕੰਮ ਇਹ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀਗਾ। ਸੈਂਟਰ ਸਰਕਾਰ ਦੀ ਗੱਲ ਕਰਦੇ ਹਾਂ ਕਿਉਂਕਿ 10 ਸਾਲ ਜਾਂ 7-8 ਸਾਲ ਹੋ ਗਏ ਮੋਦੀ ਗਵਰਨਮੈਂਟ ਨੂੰ, ਉਹਨਾਂ ਨੇ ਤੁਹਾਡੀ ਕਿੰਨੀ ਗੱਲ ਸੁਣੀ ਹੈ ਹੁਣ ਤੱਕ? ਤੁਸੀਂ ਬਹੁਤ ਸਾਰੇ ਪ੍ਰੋਟੈਸਟ ਵੀ ਕਰ ਚੁੱਕੇ। ਦੇਖੋ ਜੀ ਉਹੀ ਗੱਲ ਆ ਜਾਂਦੀ ਆ, ਸਾਰੇ ਵਾਅਦੇ ਕਰਦੇ ਨੇ, ਵਾਅਦੇ ਕਰਕੇ ਭੁੱਲ ਜਾਂਦੇ ਨੇ ਜੀ, ਠੀਕ ਹੈ ਜੀ। ਜਿਸ ਤਰ੍ਹਾਂ ਹੁਣ ਭਗਵੰਤ ਮਾਨ ਜੀ ਨੇ ਵੀ ਸਾਡੇ ਨਾਲ ਇਹ ਵਾਅਦਾ ਕੀਤਾ ਸੀਗਾ, ਉਹ ਵੀ ਸ਼ਾਇਦ ਭੁੱਲ ਚੁੱਕੇ ਨੇ ਇਹ, ਜੇ ਉਹ ਕਰ ਦੇਣ ਤਾਂ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਹੋਵਾਂਗੇ, ਠੀਕ ਹੈ ਜੀ। ਅੱਛਾ, ਕੁਛ ਮਾਤਾਵਾਂ ਵੀ ਨੇ ਖਾਸ ਤੌਰ ਦੇ ਉੱਤੇ, ਬਹੁਤ ਬਜ਼ੁਰਗ ਔਰਤਾਂ ਵੀ ਹੈਗੀਆਂ ਨੇ। ਕੀ ਨਾਮ ਹੈ ਤੁਹਾਡਾ? ਤੇਜਿੰਦਰ ਕੌਰ ਜੀ। ਤੇਜਿੰਦਰ ਕੌਰ, ਕਿੰਨੀ ਉਮਰ ਹੈ ਤੁਹਾਡੀ? 60 ਸਾਲ ਜੀ। 60 ਸਾਲ ਦੀ ਉਮਰ ਹੈ। ਇਹ ਬਹੁਤ ਸਾਰੀਆਂ ਰਸੀਦਾਂ ਤੁਸੀਂ ਚੁੱਕੀਆਂ ਹੋਈਆਂ ਨੇ, ਇਹ ਸਾਰੀਆਂ ਪਰਲ ਦੀਆਂ ਰਸੀਦਾਂ ਨੇ? ਹਾਂਜੀ। ਕਿੰਨੇ ਪੈਸੇ ਲੱਗੇ ਸੀ ਤੁਹਾਡੇ? 1 ਲੱਖ ਰੁਪਏ ਜੀ। 1 ਲੱਖ ਰੁਪਏ। ਕੀ ਕੰਮ ਕਰਦੇ ਹੋ ਤੁਸੀਂ? ਦਿਹਾੜੀ ਧੁੱਪਾ ਜੀ। ਦਿਹਾੜੀ ਕਰ? ਹਾਂਜੀ। ਦਿਹਾੜੀਆਂ ਕਰ ਕਰਕੇ ਪੈਸਾ ਲਗਾਇਆ 1 ਲੱਖ ਰੁਪਈਆ, ਕੀ ਕਰਨਾ ਸੀ? ਕਰ ਵੀ ਬੱਚਿਆਂ ਨੂੰ ਪੜ੍ਹਾਈ ਦਾ, ਮਾੜਾ ਮੋਟਾ ਪੜ੍ਹਾਵਾਂਗੇ, ਇਹਨਾਂ ਦਾ ਮਾੜਾ ਮੋਟਾ ਕੁਛ ਬਣੂਗਾ, ਸਾਰਾ ਕੁਛ ਵਿੱਚ ਹੀ ਰਹਿ।
ਕੁਝ 1 ਲੱਖ ਰੁਪਈਆ ਲਗਾਇਆ ਸੀ ਹਾਂਜੀ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਰਸੀਦਾਂ ਤੁਸੀਂ ਚੱਕੀਆਂ ਹੋਈਆਂ ਨੇ ਜਾਂ 1 ਲੱਖ ਰੁਪਈਆ ਤੁਸੀਂ ਲਗਾਇਆ ਆਪਣੀ ਮਿਹਨਤ ਦੀ ਕਮਾਈ ਹੈ ਇਹ ਕਿਹੜੇ ਸੰਨ ਦੇ ਵਿੱਚ ਲਗਾਈ ਸੀ ਤੁਸੀਂ ਇਹ ਮੈਂ ਕੁਛ 2014 ਦੀਆਂ ਰਸੀਦਾਂ ਮੈਂ ਤੁਹਾਡੀਆਂ ਦੇਖ ਰਿਹਾ ਸ਼ਾਇਦ ਜਾਂ 13-14 ਦੇ ਵਿੱਚ ਜਾਂ 11-12 ਦੇ ਵਿੱਚ ਤੁਸੀਂ ਲਗਾਈ ਹੋਏਗੀ ਹੁਣ ਲੱਗਦੀ ਹੈ ਵੀ ਆਸ ਵੀ ਤੁਹਾਡੇ 1 ਲੱਖ ਰੁਪਇਆ ਜਿਹੜਾ 2 ਲੱਖ ਜਾਂ ਇਹ ਤੋਂ ਵੱਧ ਹੋਣਾ ਸੀ ਉਹ ਵਾਪਸ ਆ ਜਾਣਗੇ ਦੇਖੋ ਜੀ ਇਹ ਤਾਂ ਹੁਣ ਮਾਲਕ ਨੂੰ ਪਤਾ ਭਗਵੰਤ ਮਾਨ ਸਾਹਿਬ ਜੀ ਨੇ ਬਹੁਤ ਉਮੀਦ ਦਿੱਤੀ ਸੀ ਵੀ ਤੁਹਾਡਾ ਪੈਸਾ ਵੀ ਅਸੀਂ ਵਾਪਸ ਕਰਾਂਗੇ ਵੀ ਕਿਸੇ ਤਰ੍ਹਾਂ ਵੀ ਕਰੀਏ ਜ਼ਮੀਨ ਵੇਚ ਕੇ ਕਰੀਏ ਕਿਵੇਂ ਤੁਹਾਡੀ ਵਾਪਸ ਕਰਾਂਗੇ ਦੇਖੋ ਹੁਣ ਵਾਹਿਗੁਰੂ ਦੇ ਹੱਥ ਹਾਂਜੀ ਉਮੀਦ ਹੈਗੀ ਹੈ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਕੌਰ ਜੀ ਤੁਸੀਂ ਵੀ ਕਈ ਜਿਹੜੀਆਂ ਪਾਲਿਸੀਆਂ ਚੁੱਕੀਆਂ ਹੋਈਆਂ ਨੇ ਕਦੋਂ ਤੁਸੀਂ ਪਾਲਿਸੀ ਕਰਵਾਈ ਸੀਗੀ ਹਾਂਜੀ ਇਹਨਾਂ ਤੇ ਲਿਖਿਆ ਹੋਇਆ ਜੀ ਵੀ ਕਿੰਨੇ ਸੰਨ ਚ ਉਹ ਕਰਿਆ ਹੋਇਆ ਵੀ ਉਦੋਂ ਫਿਰ ਅਸੀਂ ਭਰੀ ਗਏ ਸਾਨੂੰ ਐਂ ਸੀਗਾ ਵੀ ਚੱਲ ਇਕੱਠੇ ਹੋਣਗੇ ਜਦ ਨੂੰ ਐਂਡ ਹੋਇਆ ਜਦ ਨੂੰ ਵੀ ਇਹਨਾਂ ਨੇ ਜਦ ਬੰਦ ਕਰਤਾ ਕਹਿੰਦੇ ਵੀ ਉਹ ਹੋ ਗਿਆ ਤੇ ਕੁੱਲ ਪੈਸੇ ਕਿੰਨੇ ਲੱਗੇ ਸੀ ਤੁਹਾਡੇ ਪੈਸੇ ਤਾਂ 2 ਲੱਖ ਮੰਗੋ ਇਹ ਤੇ ਲਿਖਿਆ ਹੋਊਗਾ ਜਾਂ ਰਸੀਤਾਂ ਨੇ ਸਾਡੀਆਂ ਕੀ ਕਰਦੇ ਹੋ 2 ਲੱਖ ਕਿਵੇਂ ਜੋੜਿਆ ਕਿਵੇਂ ਲਗਾਇਆ ਤੇ ਆਪਦਾ ਕਿਰਤ ਕਰਦੇ ਜੀ ਹਾਂਜੀ ਕੀ ਕਰਨਾ ਸੀ 2 ਲੱਖ ਲਗਾ ਕੇ ਵੀ ਬੱਚਿਆਂ ਬਾਰੇ ਸੋਚਦੇ ਸੀ ਵੀ ਜੇ ਕੁਛ ਬਣੂਗਾ ਬੱਚਿਆਂ ਦਾ ਵੀ ਮਾੜਾ ਮੋਟਾ ਆਪਦਾ ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਵੀ ਗਾਹਾਂ ਬੱਚਿਆਂ ਨੂੰ ਵੀ ਕੋਈ ਆਪਦਾ ਦੇਖਣਾ 2 ਲੱਖ ਦਾ ਮਿਲਣਾ ਕਿੰਨਾ ਸੀ ਵੀ 2 ਲੱਖ ਦਾ ਹੁਣ ਦੇਖੋ ਜੀ ਵੀ ਕਿੰਨਾ ਇਹ ਤੇ ਬਣਿਆ ਹੋਊਗਾ ਵੀ 2 ਦਾ 4 ਅਗਲਾ ਕਹਿੰਦਾ ਵੀ ਵਾਧੇ ਵਾਸਤੇ ਕਰਿਆ ਸੀਗਾ ਵੀ ਉਹ ਹੁੰਦਾ ਗਾ ਤੁਹਾਨੂੰ ਯਾਦ ਨੀ ਆ ਵੀ ਕਿੰਨੇ ਮਿਲਣੇ ਸੀ ਨਾ ਪਤਾ ਹੈ ਲਿਖਿਆ ਸਾਂਭ ਸਾਂਭ ਰੱਖੀ ਹੋਈਆਂ ਤੇ ਵੀ ਜਿੱਦੇ ਮਿਲਣਗੇ ਵੀ ਉਦੇ ਵੀ ਉਹ ਹੁੰਦਾ ਗਾ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਠਾਲੇ ਪਿੰਡ ਤੋਂ ਅੱਛਾ ਮਨਦੀਪ ਜੀ ਜਿਵੇਂ ਜ਼ਿਕਰ ਹੋਇਆ ਵੀ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਨੇ ਕੁਝ ਮਾਤਾਵਾਂ ਵੀ ਆਈਆਂ ਬਿਰਧ ਕੰਡੀਸ਼ਨ ਦੇ ਵਿੱਚ ਵੀ ਨੇ ਬਜ਼ੁਰਗ ਵੀ ਨੇ ਮੁੱਖ ਮੰਤਰੀ ਦਾ ਵੀ ਜ਼ਿਕਰ ਕਰਨਾ ਬੇਹੱਦ ਲਾਜ਼ਮੀ ਹੈ ਉਹਨਾਂ ਨੇ ਕਿਹਾ ਵੀ 20-25 ਦਿਨਾਂ ਦੇ ਅੰਦਰ ਪੈਸਾ ਦਵਾਵਾਂਗੇ ਅਸੀਂ ਪਿਛਲੇ 2-2.5 ਮਹੀਨੇ ਤੋਂ ਮੁੱਦਾ ਚੁੱਕ ਰਹੇ ਹਾਂ ਇਹ ਤਾਂ ਲੱਗਦਾ ਵੀ ਹਾਂ ਬੇਸ਼ੱਕ 2-2.5 ਮਹੀਨੇ ਦਾ ਕੀਤਾ ਵਾਅਦਾ ਜਿਹੜਾ ਸਮਾਂ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਚਾਹੇ ਸ਼ਾਇਦ ਮੁੱਖ ਮੰਤਰੀ ਸਾਹਿਬ ਭੁੱਲ ਗਏ ਹੋਣ ਜਾਂ ਕੋਈ ਕਾਨੂੰਨੀ ਕਾਰਵਾਈ ਹੋ ਵੀ ਰਹੀ ਹੋਵੇ ਹਾਲਾਂਕਿ ਕੋਈ ਜਨਤਕ ਤੌਰ ਤੇ ਨਹੀਂ ਸਾਹਮਣੇ ਆਈ ਹੈ ਆਸ ਵੀ ਹਾਂ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੋ ਜਾਏਗਾ ਕੁਝ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਦੇ ਰਹੇ ਨੇ ਪਰ ਜਦੋਂ ਆਪਦੀ ਸਰਕਾਰ ਦੇ ਵਿੱਚ ਕੰਮ ਕਰਨ ਦੀ ਵਾਰੀ ਆਈ ਇਸ ਦੇ ਖਿਲਾਫ ਐਕਸ਼ਨ ਲੈਣ ਦੀ ਵਾਰੀ ਆਈ ਜਾਂ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਕਰਨ ਦੀ ਵਾਰੀ ਆਈ ਪਰ ਕਿਸੇ ਨੇ ਗੱਲ ਤੱਕ ਨਹੀਂ ਕੀਤੀ ਤੁਹਾਡੀ ਸਭ ਤੋਂ ਪਹਿਲਾਂ ਮੈਂ ABP ਸਾਂਝਾ ਨਿਊਜ਼ ਤੇ ਅਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਸਾਡਾ ਪਰਲ ਪੀੜਤਾਂ ਦਾ ਬਹੁਤ ਵੱਡਾ ਦੁੱਖ ਹੈਗਾ ਤੁਸੀਂ ਇਹ ਲਾਈਵ ਕਰਾ ਰਹੇ ਹੋਗੇ ਬਾਕੀ ਇਹ ਮੈਂ ਹਮਦਾ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਮੈਂ ਅੱਜ ਹੀ ਸੁਣੀ ਹੈ ਨਿਊਜ਼ 2 ਵੱਡੇ ਜਿਹੜੇ ਡੀਲਰ ਨੇ ਮਤਲਬ ਭਗਵੰਤ ਮਾਨ ਸ੍ਰੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਇੱਕ ਮਤਲਬ ਐਕਸ਼ਨ ਲਿਆ ਗਾ 2 ਵੱਡੇ ਜਿਹੜੇ ਡੀਲਰ ਨੇ ਉਹਨਾਂ ਤੇ ਐਕਸ਼ਨ ਲਿਆ ਗਾ 100 ਕਰੋੜ ਦਾ ਪ੍ਰੋਜੈਕਟ ਬਿਨਾਂ ਲੋਢਾ ਕਮੇਟੀ ਦੇ ਦੱਸੇ ਤੋਂ ਬਿਨਾਂ ਮਤਲਬ ਉਹਨਾਂ ਦੇ ਸਾਹਮਣੇ ਆ ਗਿਆ ਉਹ ਬੰਦਾ ਗ੍ਰਿਫਤਾਰ ਹੋਇਆ ਗਾ ਅੱਜ ਸੁਣਿਆ ਇਹ ਤੁਹਾਡੀ ਜਾਣੀ ਬਹੁਤ ਬਹੁਤ ਮੁਬਾਰਕਾਂ ABP ਸਾਂਝਾ ਨਿਊਜ਼ ਨੂੰ ਇਹ ਜਿਹੜੀ ਤੁਸੀਂ ਲਗਾਤਾਰ ਮੁਹਿੰਮ ਚਲਾਈ ਆ ਉਹਦਾ ਆਪਾਂ ਨੂੰ ਫਾਇਦਾ ਹੋਇਆ ਗਾ ਤੇ ਬਾਕੀ ਵੱਡੀ ਗੱਲ ਆ ਜਿਹੜੀ ਪਹਿਲੀਆਂ ਸਰਕਾਰਾਂ ਨੇ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਰਲ ਗੰਢ ਕਰਕੇ ਮੰਨ ਲਓ ਜਿਹੜਾ ਇਹ ਲੋਕਾਂ ਦਾ ਪੈਸਾ ਲੱਗਿਆ ਸੀ ਇੰਨੀਆਂ ਜ਼ਿਆਦਾ ਪ੍ਰਾਪਰਟੀਆਂ ਸੀਗੀਆਂ ਮੰਨ ਲਓ ਉਹਨੂੰ ਕਦੇ ਕੋਈ ਉਹਨਾਂ ਦੇ ਜਿਹੜੇ ਗੁੰਡੇ ਅਨਸਰ ਸੀਗੇ ਉਹ ਖੇਤੀ ਲਈ ਵਰਤੀ ਗਏ ਕਿਸੇ ਨੂੰ ਪੈਸਾ ਤੱਕ ਸਾਡੇ ਜਿਹੜੇ ਅਸੀਂ ਪਰਲ ਪੀੜਤ ਲੋਕ ਹਾਂ ਪੰਜਾਬ ਦੇ 25 ਲੱਖ ਲੋਕ ਜਿਹੜਾ ਬਹੁਤ ਸਾਰਾ ਪੈਸਾ ਹੈਗਾ ਜਾਣੀ ਇਹਦੇ ਵਿੱਚ ਡੁੱਬਿਆ ਹੈਗਾ ਜਿਹੜਾ ਲੋਕਾਂ ਨੇ ਆਪਣੇ ਮੰਨ ਲਓ ਮਿਹਨਤ ਮੁਸ਼ਕਤ ਦੇ ਵਿੱਚੋਂ ਆਪਣੇ ਬੱਚਿਆਂ ਲਈ ਸੀਗਾ ਵੀ ਫਿਊਚਰ ਲਈ ਲਾਇਆ ਸੀਗਾ ਪੈਸਾ ਵਿਸ਼ਵਾਸ ਕਰਕੇ ਲਾਇਆ ਕਿਹਦੇ ਕੋਲੇ ਸੀਗਾ ਆਪਦੇ ਰਿਸ਼ਤੇਦਾਰਾਂ ਕੋਲੇ ਜਾਂ ਭੈਣ ਭਾਈ ਏਜੰਟਾਂ ਕੋਲੇ ਜਿਹੜਾ ਇੰਨਾ ਪੈਸਾ ਇਹ ਲੱਗ ਚੁੱਕਿਆ ਹੈਗਾ ਅਸੀਂ ਇਹੀ ਚਾਹੁੰਦੇ ਹਾਂ ਭਗਵੰਤ ਮਾਨ ਸਰਕਾਰ ਤੋਂ ਜਿਵੇਂ ਹੁਣ ਆਪਣੀ ਇਹ ਮੁਹਿੰਮ ਨਾਲ ਐਕਸ਼ਨ ਚ ਆਏ ਨੇਗੇ ਵੀ ਚੰਗੀ ਤਰ੍ਹਾਂ ਜਿੰਨੇ ਵੀ ਪ੍ਰੋਜੈਕਟ ਨੇ ਸਾਰਾ ਡਾਟਾ ਉਹਨਾਂ ਕੋਲੇ ਹੈਗਾ ਕਿਉਂਕਿ ਖੁਦ ਦੇ ਪਟਵਾਰੀ ਨੇ ਖੁਦ ਦੇ ਸਾਰੇ ਉਹਨਾਂ ਦੇ ਮੁਲਾਜ਼ਮ ਨੇ SDM ਜਦੋਂ ਇਹ ਮੰਨ ਲਓ ਜਦੋਂ MP ਸੀਗੇ ਉੱਥੇ ਮੁੱਦੇ ਉਠਾਉਂਦੇ ਰਹੇ ਪਰ ਅੱਜ ਪਾਵਰ ਸਾਰੀ ਇਹਨਾਂ ਕੋਲੇ ਆ ਤਾਂ ਅੱਜ ਇਹਨੂੰ ਕੋਈ ਮੁਸ਼ਕਲ ਨਹੀਂ ਵੀ ਜਿਹੜੇ ਇਹ ਰੋਜ਼ ਆਪਾਂ ਮੁਹਿੰਮ ਚਲਾ ਰਹੇ ਹਾਂਗੇ ਵੀ ਇਹ ਗਰੀਬ ਆਮ ਗਰੀਬ ਲੋਕਾਂ ਦਾ ਜਿਹੜਾ ਪੈਸਾ ਗਾ ਦੇਣਾ ਉਹਨਾਂ ਦਾ ਹੱਕ ਬਣਦਾ ਕਿਉਂਕਿ ਅੱਜ ਪਾਵਰ ਚ ਨੇ ਅੱਜ ਇਹਨਾਂ ਨੂੰ ਕੋਈ ਦਿੱਕਤ ਨਹੀਂ ਆ ਸਕਦੀ ਵੀ ਪੈਸਾ ਦਿੱਤਾ ਜਾਵੇ ਤਾਂ ਜਿਹਦੇ ਨਾਲ ਜਿਹੜਾ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਨੇ 80% ਲੋਕਾਂ ਨੇ ਪਰਲ ਪੀੜਤਾਂ ਨੇ ਹੀ ਵੋਟਾਂ ਪਾ ਕੇ ਜਿਤਾਈ ਹੈ ਸਰਕਾਰ ਤਾਂ ਅੱਜ ਉਹਨਾਂ ਦੇ ਹੱਕ ਬਣਦਾ ਵੀ ਸਾਡਾ ਇਹ ਜਿਹੜਾ ਅਸੀਂ ਵਿਸ਼ਵਾਸ ਕੀਤਾ ਸਰਕਾਰ ਤੇ ਸਾਡਾ ਪਾਈ ਪਾਈ ਪੈਸਾ ਵਿਧ ਵਿਆਜ ਦਿੱਤਾ ਜਾਵੇ ਇਹ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਜੀ ਅੱਛਾ ਜਿਵੇਂ ਖਾਸ ਤੌਰ ਦੇ ਉੱਤੇ ਕੇਂਦਰ ਸਰਕਾਰ ਦਾ ਵੀ ਜ਼ਿਕਰ ਬੇਹੱਦ ਜ਼ਰੂਰੀ ਹੈਗਾ ਕਿਉਂਕਿ ਉਸ ਸਮੇਂ ਜੋ ਕੁਝ ਹੋਇਆ ਕਿਸ ਤਰੀਕੇ ਦੇ ਨਾਲ ਕੰਪਨੀ ਬੰਦ ਕੀਤੀ ਗਈ ਲੋਕਾਂ ਦਾ ਪੈਸਾ ਫਸਿਆ ਸਰਕਾਰ ਸੈਂਟਰ ਗਵਰਨਮੈਂਟ ਦਾ ਕੀ ਰੁਝਾਨ ਰਿਹਾ ਤੁਸੀਂ ਵੀ ਕਾਫੀ ਦੇਰ ਦੇ ਲੱਗੇ ਰਹੇ ਹੋ
देखो सेंटर दे विच मोदी सरकार दी मैं सब तो बड़ी गलती ही मानना जी, कंपनी बंद करन तो पहला आम लोगों के पैसे वापस करने चाहिए सी, मतलब जिहड़ा इन्हां ने जिहड़ा एक्शन लेना चाहिए सी वी लोगों का पैसा वापस होना चाहिए सीगा, फिर साडे वनी उह कंपनी जदों मर्जी आ बंद हो जांदी, कोई दिक्कत नहीं सी। तां उहदे च की आ सी कानून राही साडी इंसाफ दी आवाज़ जथेबंदी आ, असीं धन्नवाद करदे महेंद्रपाल दानगढ़ जी पूरे आल इंडिया दे जिहड़े साडे प्रधान ने, उन्हां ने एक कमेटी दा गठन कीता जथेबंदी दा, असीं पैसे इकट्ठे करके हालांकि असीं पहली पल पीड़ित सी पैसे पहली फसे सी, फिर भी असीं फंड इकट्ठा कर करके असीं केस जित्तिया 2016 दे विच, मानयोग सुप्रीम कोर्ट दा फैसला आ चुक्या 2016 दा भी इह बिल्कुल हक दा पैसा दित्ता जावे लोकां नूं। पर 2016 तों सेंटर गौरमेंट दी इन्नी ढिल्ली कारगुजारी है भी बहुत कुछ घट पैसे लोकां नूं मिले ने, जो दिखा रहे ने भी असीं इन्ने पैसे देते 10,000 वाले देते 5,000 वाले देते, बहुत घट लोगों तक पैसे पहुंचे ने, ते हुण भी उन्होंने कागज मंगे 15,000 वाले, वह कह रहे ने भी मुंबई नूं रजिस्ट्री करो जिन्ने भी थोड़े कागज ने, लोगों के मन च इन्ना डर बैठा भी जे असीं असली कागज ही देते साडे कोल सबूत की रहूगा। ਤੁਹਾਡਾ ਕੁੱਲ ਕਿੰਨਾ ਪੈਸਾ ਲੱਗਿਆ ਸੀ ਇਸ ਗਰੁੱਪ ਦੇ ਵਿੱਚ? ਮੇਰੀ ਭਤੀਜੀ ਨੇ ਜੀ 1,000 ਰੁਪਇਆ ਕਿਸ ਦੇ ਸਾਨੂੰ ਭਰਿਆ ਸੀ, ਰੱਖੜੀ ਦੇ ਜੋ ਪੈਸੇ ਮਿਲਦੇ ਸੀ ਉਹਦੇ ਹਿਸਾਬ ਨਾਲ ਆਪਣੀ ਜਮ੍ਹਾਂ ਕਰਾਉਂਦੀ ਸੀ ਕਿਸ਼ਤ ਦੇ ਨਾਲ, ਅਤੇ ਉਹ ਇੰਸਟਾਲਮੈਂਟ ਭਰਦੀ ਸੀ ਉਹਦਾ, ਜਾਣੀ ਕਿ ਭਰ ਕਾਫੀ ਪੈਸੇ ਉਹਨੇ 3-4 ਸਾਲ ਭਰੇ, ਉਹ ਤੋਂ ਬਾਅਦ ਉਹਨੂੰ ਕੋਈ ਮਤਲਬ ਬੰਦ ਹੋ ਗਈ ਕੰਪਨੀ, ਅਤੇ ਬਿਲਕੁਲ ਬੇਆਸ ਵਾਲਾ ਸਿਸਟਮ ਹੋ ਗਿਆ। ਹੁਣ ਲੱਗਦੀ ਹੈ ਕੋਈ ਆਸ ਵੀ ਅੱਜ ਇੰਨੇ ਲੋਕ ਫਿਰ ਨਿਕਲੇ ਨੇ ਆਪਣੇ ਘਰਾਂ ਤੋਂ, ਕਈਆਂ ਨੇ ਤਾਂ ਆਸ ਛੱਡ ਦਿੱਤੀ ਹੋਣੀ, ਕਾਗਜ਼ ਤੱਕ ਗੁਮਾ ਲਏ ਹੋਣੇ, ਅੱਜ ਫਿਰ ਲੱਭੇ ਹੋਣੇ। ਅਮਨ ਜੀ ਜਿਵੇਂ ABP ਤੁਹਾਡਾ ਜਿਹੜਾ ਨਿਊਜ਼ ਚੈਨਲ ਹੈ, ਜਿਵੇਂ ਮੁਹਿੰਮ ਵਿੱਢੀ ਹੈ, ਤੁਸੀਂ ਪਿੰਡ ਪਿੰਡ ਜਾ ਕੇ ਸਰਕਾਰ ਦੇ ਕੰਨ ਖੋਲਦੇ ਹੋ, ਲੋਕਾਂ ਦੀ ਆਵਾਜ਼ ਚੱਕ ਰਹੇ ਹੋ, ਅਤੇ ਉਮੀਦ ਤਾਂ ਹੈ ਹੁਣ ਜਦੋਂ ਭਗਵੰਤ ਮਾਨ ਨੂੰ ਦੂਸਰੀ ਸਰਕਾਰਾਂ ਤੋਂ ਮਤਲਬ ਕਿ ਦੁਖੀ ਹੋ ਕੇ 80-85% ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਵਧੀਆ ਮਾਰਜਨ ਨਾਲ ਜਿਤਾਇਆ, ਬਦਲਾਵ ਵਾਲੀ ਵੀ ਗੱਲ ਕਰੀ ਇਹਨਾਂ ਨੇ, ਅਤੇ ਲੋਕਾਂ ਨੂੰ ਪੂਰਨ ਆਸ ਹੈ ਵੀ ਜੋ ਇਹ ਪਰਲ ਪੀੜਤ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਪਾਈ ਪਾਈ ਜੋੜ ਕੇ, ਜਿਵੇਂ ਹੁਣ ਮੇਰੀ ਭਤੀਜੀ ਹੈ ਜੀ, ਪੈਸੇ ਰੱਖੜੀ ਦੇ ਇਕੱਠੇ ਕਰ ਕਰਕੇ ਇੰਸਟਾਲਮੈਂਟ ਜਮ੍ਹਾਂ ਕਰਾਈ ਹੈ। ਅੱਜ ਰੱਖੜੀਆਂ ਦਾ ਤਿਉਹਾਰ ਵੀ ਹੈਗਾ, ਮਨਾਇਆ ਜਾ ਰਿਹਾ, ਕੋਈ ਮਾਈ ਜਿਹੜੀਆਂ ਮਾਤਾਵਾਂ ਨੇ ਤੋਹਫਾ ਦੇ ਦੇ ਸਰਕਾਰ ਪੈਸਾ ਵਾਪਸ ਕਰ। ਉਹੀ ਗੱਲ ਹੈ ਜੀ ਵੀ ਅੱਜ ਰੱਖੜੀ ਦਾ ਤਿਉਹਾਰ ਹੈ, ਮੜ ਜਾ ਮੁੱਖ ਮੰਤਰੀ ਨੂੰ ਜੇ ਅੱਜ ਹੀ ਲੈ ਉਹ ਦੇਖ ਰਹੇ ਨੇ, ਤਾਂ ਜੇ ਜੇ ਮਤਲਬ ਜਿਵੇਂ ਆਹ ਮੇਰੀ ਭਤੀਜੀ ਨੇ ਆਹ 1,000 ਰੁਪਇਆ ਜਮ੍ਹਾਂ ਕਿਸ਼ਤ ਕਰਾਈ ਹੈ, ਜੇ ਉਹ ਮਤਲਬ ਕਿ ਅੱਜ ਇਹ ਐਲਾਨ ਕਰ ਦਿੰਦੇ ਇਹਨਾਂ ਦੇ ਉੱਪਰ ਐਕਸ਼ਨ ਲੈ ਕੇ ਵੀ ਇਹਨਾਂ ਦੇ ਆਪਣੇ ਪ੍ਰੋਪਰਟੀਆਂ ਵੇਚ ਕੇ ਇਹਨਾਂ ਦੇ ਪਰਲ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਜਾਣ ਭੈਣਾਂ ਨੂੰ ਰੱਖੜੀ ਦਾ, ਇਹ ਇੱਕ ਤਰ੍ਹਾਂ ਦਾ ਬਹੁਤ ਵਧੀਆ ਤੋਹਫਾ ਹੋਊਗਾ ਜੀ। ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੇ ਸਰਕਾਰ ਦੇ, ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਦੇ, ਸਾਨੂੰ ਪੂਰਨ ਆਸ ਹੈ ਵੀ ਇਹ ਇਸ ਬਾਰੇ ਸੋਚਣਗੇ ਅਤੇ ਐਕਸ਼ਨ ਲੈ ਕੇ ਜਿਹੜੀ ਇਹ ਪਰਲ ਕੰਪਨੀ ਦੇ ਭੰਗੂ ਜੀ ਨੇ ਉਹਨਾਂ ਨੂੰ ਕਰਨਗੇ ਇਸ ਪ੍ਰੈਸਰਾਈਜ਼ ਵੀ ਇਹ ਦਵੋ ਇਹਨਾਂ ਦਾ, ਬਥੇਰਾ ਚਿਰ ਤੁਸੀਂ ਲੋਕਾਂ ਨੂੰ ਇਹ ਵਾਅਦੇ ਕਰਕੇ ਮੁੱਕਰੀ ਜਾਂਦੇ ਹੋ, ਇਹਦਾ ਤਾਂ ਹੁਣ ਮਤਲਬ ਦੇਣ ਦਾ ਟਾਈਮ ਹੈ, ਦਵੋ ਹੁਣ। ਠੀਕ ਹੈ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਮੈਂ ਸਿਲਾਈ ਦਾ ਕੰਮ ਕਰਦਾ ਜੀ, ਅਤੇ ਸਰ ਸਾਨੂੰ 2013-14 ਦੇ ਵਿੱਚ ਭਰਮਾਇਆ ਗਿਆ ਵੀ ਤੁਸੀਂ ਇਸ ਤਰ੍ਹਾਂ ਕਰਕੇ ਇਸ ਕੰਪਨੀ ਨਾਲ ਜੁੜੋ, ਅਸੀਂ ਆਪਣੀ ਸਿਸਟਰ ਭਾਣਜੀ ਬੱਚਿਆਂ ਦੇ ਨਾਮ 'ਤੇ ਅਸੀਂ ਕਿਸ਼ਤਾਂ ਭਰਦੇ ਰਹੇ ਹਾਂ ਜੀ, ਅਤੇ ਜੋ ਸਾਡੇ ਕੋਲ ਬੈਂਕ ਦੀ ਸੇਵਿੰਗ ਸੀਗੀ ਅਸੀਂ ਉਹ ਵੀ ਡਬਲ ਹੋਣ ਦੇ ਕਿਰਦਾਰ ਦੇ ਵਿੱਚ ਇਸ ਕੰਪਨੀ ਵਿੱਚ ਲਗਾਈ ਜੀ, ਅਤੇ ਸਰ ਸਾਨੂੰ ਇਸ ਚੀਜ਼ ਦੀ ਬਹੁਤ ਵੱਡੀ ਨਿਰਾਸ਼ ਹੈ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਹੀ ਰਹਿ ਗਏ ਨੇ। ਦੇਖੋ ਇੱਕ ਟਾਈਮ ਮਹਾਰਾਣੀ ਪਰਨੀਤ ਕੌਰ ਦੇ ਪੈਸੇ ਚਲੇ ਜਾਂਦੇ ਨੇ ਤਾਂ ਉਹ ਦੂਸਰੇ ਦਿਨ ਮਿਲ ਜਾਂਦੇ ਨੇ, ਸਰ ਸਾਨੂੰ ਮੰਨ ਕੇ ਚਲੋ ਸਦੀਆਂ ਲੰਘੀਆਂ, ਹਾਂਜੀ ਅਸੀਂ ਇਸ ਲੈਵਲ ਤੇ ਆਪਣੇ ਆਪ ਨੂੰ ਬਹੁਤ ਹਤਾਸ਼ ਸਮਝਿਆ, ਪਰ ਹੁਣ ਸਾਨੂੰ ਭਗਵੰਤ ਮਾਨ ਜੀ ਤੋਂ ਉਮੀਦ ਹੈ। ਜਵਾਨੀ ਚ ਸੀਗੇ, ਬੁਢਾਪੇ ਚ ਆ ਗਏ, ਪਰ ਪੈਸਾ ਨਹੀਂ ਮਿਲਿਆ, ਪੈਸਾ ਨਹੀਂ ਮਿਲਿਆ ਸਰ। ਦੇਖੋ ਅਸੀਂ ਬੱਚਿਆਂ ਨੂੰ, ਮੈਂ ਦੇਖੋ ਨਗਰ ਖੜਾ, ਮੈਂ ਦੇਖੋ ਘਾਹ ਵੀ ਵੱਟਾਂ ਤੋਂ ਖੁਰਚਦਾ ਤੇ ਮੈਂ ਸਿਲਾਈ ਦਾ ਕੰਮ ਵੀ ਕਰਦਾ, ਮੈਂ ਕਿਸੇ ਵੀ ਕੰਮ ਨੂੰ ਕਦੇ ਵੀ ਪਿੱਛੇ ਨਹੀਂ ਹਟਿਆ ਹੈਗਾ, ਮਿਹਨਤ ਕਰਕੇ ਜੋ ਵੀ ਬਣਾਇਆ, ਤੇ ਜਿਹੜੇ ਇਹ ਸਾਡਾ ਪੈਸਾ ਹੈਗਾ ਇਹ ਜਦੋਂ ਸਾਨੂੰ ਜਾਂਦਾ ਦੇਖਿਆ ਤਾਂ ਅਸੀਂ ਮੰਨ ਕੇ ਚਲੋ ਇੱਕ ਮਰਨਾ ਸੋਚਿਆ ਬਹੁਤ ਹੈ ਪਰ ਮਰੇ ਨਹੀਂ ਕਿਉਂਕਿ ਅੱਗੇ ਵਾਸਤੇ ਕਮਾਂਗੇ, ਤੇ ਸਾਨੂੰ ਹੁਣ ਭਗਵੰਤ ਮਾਨ ਜੀ ਤੇ ਇਹ ਉਮੀਦ ਹੈ ਕਿ ਉਹ ਇਸ ਚੀਜ਼ ਨੂੰ ਵਾਅਦੇ ਦੇ ਲੈਵਲ ਤੇ ਪੂਰਨ ਕਰਕੇ ਦਿਖਾਉਣਗੇ। ਕਿੰਨੇ ਪੈਸੇ ਲੱਗੇ ਹੋਏ ਨੇ ਤੁਹਾਡੇ? 5 ਸਾਲ ਕਿਸ਼ਤ ਭਰੀ ਆ ਵੀਰੇ। ਤੁਹਾਨੂੰ ਪੈਸੇ ਯਾਦ ਨਹੀਂ ਵੀ ਕੁੱਲ ਕਿੰਨੇ ਕੁ ਲੱਗੇ ਨੇ? ਕਿੰਨੀ ਕਿਸ਼ਤ ਭਰਦੇ ਹੁੰਦੇ ਸੀ ਮਹੀਨੇ ਦੀ? 32 ਮਹੀਨੇ ਦੀ ਨਹੀਂ ਸੀ, 6 ਮਹੀਨੇ ਬਾਅਦ 3200 ਭਰਦੇ। 6 ਮਹੀਨੇ ਬਾਅਦ 3200, 5 ਸਾਲ ਭਰੀ ਹੈਗੀ ਹੈ, ਠੀਕ ਹੈ, ਯਾਨੀ 6400 ਦੇ ਕਰੀਬ ਤੁਸੀਂ ਇੱਕ ਸਾਲ ਦਾ ਪੈਸਾ ਦਿੰਦੇ ਸੀਗੇ। ਅੱਛਾ ਕੀ ਕੰਮ ਕਰਦੇ ਸੀ ਜਦੋਂ ਇਹ ਕਿਸ਼ਤ ਭਰੀ ਹੈ ਤੁਸੀਂ? ਕਰਦੇ ਆ ਜੀ, ਦਿਹਾੜੀ ਕਰਦੇ। ਅੱਛਾ ਜ਼ਿਆਦਾ ਲੋਕ ਦਿਹਾੜੀਆਂ ਜਾਂ ਗਰੀਬ ਵਰਗੇ ਇਸ ਦੇ ਵਿੱਚ ਸ਼ਾਮਿਲ ਹੈ, ਕੀ ਕਰਨਾ ਸੀ ਤੁਸੀਂ ਹਰ ਸਾਲ ਜਿਹੜਾ ਲਾਉਂਦੇ ਸੀ ਪੈਸਾ? ਹਾਂ ਜੀ ਜੀ, ਬੱਚਿਆਂ ਦਾ ਬਣ ਜੂ, ਕੁਛ ਘਰਦਾਰ ਬਣ ਜੂ ਜਾਂ ਕੋਈ ਹੋਰ ਕੰਮ ਆ ਜਾਣਗੇ, ਬੱਚਿਆਂ ਵਾਸਤੇ ਕਰਦਾ ਅਗਲਾ। ਪੈਸੇ ਮਿਲੇ ਤੁਹਾਨੂੰ? ਨਾ ਜੀ।
ਕਦੋਂ ਕਰਵਾਈ ਸੀ ਪਾਲਿਸੀ? ਆਈ ਨਹੀਂ ਜੀ ਮੇਰਾ ਯਾਰ 15 ਸਾਲ ਹੋ ਗਏ। 15 ਸਾਲ ਹੋ ਗਏ ਜੀ, ਪੈਸੇ ਨਹੀਂ ਮਿਲੇ ਹੈਗੇ। ਤੁਹਾਡਾ ਕੀ ਨਾਮ ਹੈ ਜੀ? ਸੁਖਵਿੰਦਰ ਕੌਰ। ਸਤਵਿੰਦਰ ਕੌਰ, ਅੱਛਾ ਕਿੰਨੇ ਪੈਸੇ ਲੱਗੇ ਹੋਏ ਨੇ ਤੁਹਾਡੇ? 2 ਲੱਖ। ਹਾਂਜੀ 2 ਲੱਖ। ਹਾਂਜੀ ਅੱਛਾ 2 ਲੱਖ ਲੱਗੇ। ਕੀ ਕੰਮ ਕਰਦੇ ਸੀ ਜਦੋਂ ਇਨਵੈਸਟਮੈਂਟ ਕੀਤੀ? ਉਹ ਮੇਰੇ ਕੱਪੜੇ ਸਿਉਂਦੇ ਆ। ਜਦੋਂ ਇਹ ਇਨਵੈਸਟਮੈਂਟ ਕੀਤੀ ਸੀ ਉਦੋਂ ਕੀ ਕੰਮ ਕਰਦੇ ਸੀ? ਪਰਿਵਾਰ ਚ ਕੌਣ ਕੌਣ ਹੈ? ਅਸੀਂ ਮੁੰਡਾ ਗਾ, ਨੂੰਹਾਂ ਮਾਇਆ। ਕੱਪੜੇ ਸਿਉਂਦੇ ਸੀਗੇ? ਲੱਗਦੇ ਤੁਹਾਨੂੰ ਵੀ ਤੁਹਾਡੇ ਜਿਹੜੇ 2 ਲੱਖ ਰੁਪਇਆ ਦਾ ਜ਼ਿਕਰ ਕਰ ਰਹੇ ਹੋ ਮਿਲ ਜਾਣਗੇ? ਤੁਹਾਨੂੰ ਮਿਲ ਜਾਣ, ਵਧੀਆ ਗਾ। ਕਦੋਂ ਦੀ ਉਡੀਕ ਕਰਦੇ ਹੋ ਆਪਣਾ ਪੈਸਾ ਲਗਾ ਕੇ ਤੁਸੀਂ? ਇਹ 2013 ਦੀ ਤੁਸੀਂ ਪਾਲਿਸੀ ਕਰਵਾਈ? ਹਾਂ ਜੀ ਹਾਂ। ਹੁਣ ਇਹ ਤਾਂ ਹੁਣ ਜੀ ਇਹਨਾਂ ਨੂੰ ਪਤਾ ਗਾ, ਮੁਲਾਜ਼ਮਾਂ ਨੂੰ ਸਾਨੂੰ ਤਾਂ ਕੀ ਪਤਾ ਜੀ, ਆਣ ਪਾੜਾਂਗੇ। ਤੁਹਾਡਾ ਕੀ ਨਾਮ ਹੈ? ਗੁਰਮੀਤ ਕੌਰ। ਗੁਰਮੀਤ ਕੌਰ, ਅੱਛਾ ਗੁਰਮੀਤ ਕੌਰ ਜੀ, ਤੁਸੀਂ ਵੀ ਬਹੁਤ ਜਿਹੜੀਆਂ ਸੀਧਾਂ ਚੱਕੀਆਂ ਹੋਈਆਂ ਨੇ, ਕਿੰਨੇ ਪੈਸੇ ਤੁਹਾਡੇ ਲੱਗੇ ਸੀ? ਸਾਡੇ ਜੀ 30 ਲੱਖ 30,000 ਰੁਪਇਆ। 30,000? ਕੀ ਕੰਮ ਕਰਦੇ ਸੀ ਜਦੋਂ ਇਹ ਪੈਸਾ ਲਗਾਇਆ? ਦਿਹਾੜੀ ਉੱਤੇ ਜੀ, ਹੋਰ ਕੀ। ਦਿਹਾੜੀਆਂ ਕਰ ਕਰਕੇ ਪੈਸਾ ਲਗਾਇਆ ਤੁਸੀਂ, ਕੀ ਕਰਨਾ ਸੀ? ਬੱਚਿਆਂ ਦਾ ਕੁਛ ਬਣ ਜੂਗਾ ਜੀ, ਬੱਚਿਆਂ ਦਾ ਫੇਰ ਵੀ ਨੀ ਕੁਛ ਬਣਿਆ ਜੀ, ਮਿਲੇ ਹੀ ਨੀ, ਜਦ ਪੈਸੇ ਨੀ ਮਿਲੇ। ਕਿਹੜੇ ਸੰਨ ਦੇ ਵਿੱਚ ਪਾਲਿਸੀ ਕਰਵਾਈ? ਅੱਛਾ ਜੀ 2008। 2008 ਦੀ ਪਾਲਿਸੀ, ਪੈਸਾ ਅੱਜ ਤੱਕ ਨੀ ਮਿਲਿਆ? ਨਹੀਂ ਜੀ ਮਿਲਿਆ ਨੀ। ਕਾਲ ਵਗੈਰਾ ਆਈ ਕੰਪਨੀ ਤੋਂ ਵੀ ਹਾਂ ਤੁਹਾਡੇ ਪੈਸੇ ਮਿਲਣੇ? ਮੈਂ ਕਰਾ ਲਏ ਜੀ ਪਾਲਿਸੀਆਂ ਜੀ, ਉਹਨਾਂ ਨੇ ਅਸੀਂ ਦੂਏ ਫੋਟੋ ਸਟੇਟ ਦੇ ਆਏ, ਆਪਦੀਆਂ ਅਸਲੀ ਰੱਖਦੀਆਂ ਸੀ ਅਸੀਂ। ਅੱਛਾ ਹਾਂ, ਬਰਨਾਲੇ। ਤੁਹਾਡਾ ਕੀ ਨਾਮ ਹੈ? ਲਖਵਿੰਦਰ ਕੌਰ ਜੀ। ਤੁਹਾਡੇ ਕਿੰਨੇ ਪੈਸੇ ਲੱਗੇ ਹੋਏ? ਸਾਡੇ ਜੀ 1.5 ਲੱਖ। 1.5 ਲੱਖ। ਕੀ ਕੰਮ ਕਰਦੇ ਸੀ ਜਦੋਂ ਪੈਸਾ ਲਗਾਇਆ? ਦਿਹਾੜੀ ਜੋਤਾ ਜੀ। ਆਸ ਹੈਗੀ ਵੀ ਸਰਕਾਰ ਤੁਹਾਡੀ ਗੱਲ ਸੁਣੇਗੀ? ਹਾਂ ਜੀ ਆਸ ਹੈ ਜੀ, ਦੇਣਗੇ। ਠੀਕ ਹੈ। ਖਾਸ ਤੌਰ ਦੇ ਉੱਤੇ ਇਹ ਜ਼ਿਲ੍ਹਾ ਮਲੇਰਕੋਟਲਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਇਸ ਗਰੁੱਪ ਦੇ ਵਿੱਚ ਲਗਾਈ ਸੀ। ਉਮੀਦ ਸੀ ਕਿ ਭਵਿੱਖ ਦੇ ਵਿੱਚ ਪੈਸੇ ਕੰਮ ਆਉਣਗੇ, ਪਰ ਅੱਜ ਤੱਕ ਉਡੀਕ ਹੁੰਦੀ ਜਾ ਰਹੀ ਹੈ ਤੇ ਆਸ ਸੂਬੇ ਦੇ ਮੁੱਖ ਮੰਤਰੀ ਤੋਂ ਹੈ ਕਿ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ। ਜੋ ਵਾਅਦਾ ਲੋਕਾਂ ਦੇ ਵਿੱਚ ਖੜ ਕੇ 20-25 ਦਿਨ ਦਾ ਕੀਤਾ ਜਾਂ ਹੁਣ ਤੱਕ ਮੁੱਦਾ ਚੁੱਕਦੇ ਰਹੇ ਉਹ ਪੂਰਾ ਹੋਵੇ, ਤੇ ਨਾਲ ਹੀ ਸੂਬੇ ਅਤੇ ਕੇਂਦਰ ਸਰਕਾਰ ਤੋਂ ਇਹਨਾਂ ਲੋਕਾਂ ਦੀ ਗੁਹਾਰ ਹੈ ਕਿ ਮਿਹਨਤ ਮੁਸ਼ਕਤ ਦੀ ਕਮਾਈ ਸੀ ਜੋ ਇਸ ਗਰੁੱਪ ਦੇ ਵਿੱਚ ਲੱਗੀ ਤੇ ਅੱਜ ਇਹ ਲੋਕ ਦਰ ਦਰ ਭਟਕਣ ਨੂੰ ਮਜਬੂਰ ਨੇ। ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨਦੀਪ ਸਿੰਘ, ABP ਸਾਂਝਾ, ਮਲੇਰਕੋਟਲਾ।